ਹਾਂਜੀ গুড মর্নিং एवरीवन ਆ ਪਿੱਛੇ ਆਪਾਂ ਦੇਖ ਲਓ ਤੁਸੀਂ ਟੈਂਟੇ ਦੇ ਵਿੱਚ ਆਪਾਂ ਸੁੱਤੇ ਸੀਗੇ ਤੇ ਰਾਤ ਲਗਭਗ 2 ਵਜੇ ਸੀਗੇ ਮਿੱਤਰ ਪਿਆਰੇ ਸਾਰੇ ਇਕੱਠੇ ਹੋ ਗਏ ਸੀਗੇ ਤੇ ਦੋ ਜਾਨੇ ਇਸ ਟਰਾਲੀ ਦੇ ਵਿੱਚ ਢਿੱਲੋਂ ਸਾਹਿਬ ਤੇ ਭੰਡਾਰੀ ਸਾਹਿਬ ਇਹ ਕੰਗਰਾ ਸੀ ਸਾਡਾ ਤੇ ਤਿੰਨ ਜਾਨੇ ਅਸੀਂ ਇਹ ਟੈਂਟ ਦੇ ਵਿੱਚ ਸੁੱਤੇ ਸੀਗੇ ਇਸ ਟੈਂਟ ਦੇ ਵਿੱਚ ਆਮਾਨੀ ਜੀ ਪਹਿਲਾਂ ਬੈਠੇ ਹੀ ਆ ਟੈਂਟ ਦੇ ਵਿੱਚ ਆਪਣਾ ਭਾਲ ਰਹੇ ਆ গুਡ ਮਾਰਨਿੰਗ ਤੇ ਹੁਣ ਅੱਜ ਦੀ ਪਲਾਨਿੰਗ ਅਸੀਂ ਚਾਹ ਚੂ ਪੀ ਕੇ ਕੈਮ ਹੋ ਕੇ ਫਿਰ ਕਰਾਂਗੇ ਤੇ ਜਿਹੜਾ ਸਵੇਰ ਦਾ ਮਾਹੌਲ ਆ ਉਹ ਤੁਹਾਨੂੰ ਮੈਂ ਵਿਖਾ ਦਿੰਨਾ ਵੀ ਇਸ ਵੇਲੇ ਇੱਥੇ ਕੋਟ ਸ਼ਮੀਰ ਦੇ ਵਿੱਚ ਜ਼ਿਲ੍ਹਾ ਬਠਿੰਡਾ ਦੇ ਵਿੱਚ ਸਵੇਰ ਦਾ ਕੀ ਮਾਹੌਲ ਆ ਇੱਥੇ ਬਾਈ ਲਹਿਰੀ ਸਾਹਿਬ ਸੁੱਤੇ ਸੀਗੇ ਗੁਰਪ੍ਰੇਮ ਲਹਿਰੀ ਢਿੱਲੋ ਸਾਹਿਬ ਆਪਣਾ ਫੋਨ ਦੇਖ ਰਹੇ ਆ ਤੜਕੇ ਤੜਕੇ ਨੋਟੀਫਿਕੇਸ਼ਨ ਰਾਤ ਤਾਂ ਪਤਾ ਨਹੀਂ ਲੱਗਿਆ ਸ਼ਰਾਬੀ ਵਾਲੇ ਹੋਗੇ ਸੀ ਇਹ ਇੱਥੇ ਥੱਲੇ ਲਾ ਦਾਂਗੇ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਤੇ ਇੱਕ ਆ ਗਵਾਂਡੀ ਭਾਈ ਸਾਹਿਬ ਸਾਡੇ ਇਹ ਵੀ ਆਪਦਾ ਪੈਕ ਅਪ ਕਰ ਰਹੇ ਆ ਤੇ ਉਹ ਸਾਹਮਣੇ ਆਹ ਟੈਂਟ ਲੱਗੇ ਸੀ ਹਨਾ ਆ ਦੇਖ ਲਓ ਤੁਸੀਂ ਤੇ ਇਧਰ ਸਟੇਜ ਸੀਗੀ ਜਿੱਥੇ ਡੀਜੇ ਚੱਲਦਾ ਸੀ ਤੇ ਉਧਰ ਖਾਣਾ ਵਗੈਰਾ ਲੱਗਿਆ ਹੋਇਆ ਸੀਗਾ ਆ ਜਿਹੜਾ ਸਵੇਰ ਦਾ ਮੌਲ ਹੈ ਇਹ ਇਧਰ ਆਪਣੀ ਆ ਗਈ ਜੀ ਕਾਰ ਆਖੜੀ ਜਿਹਦੇ ਵਿੱਚ ਆ ਪਿੱਛੇ ਆਪਾਂ ਕਮਰਾ ਪਾ ਕੇ ਲੈ ਕੇ ਆਏ ਸੀ ਸਮਾਨ ਵੀ ਉਹਦੇ ਵਿੱਚ ਸੀਗਾ ਤੇ ਹੁਣ ਆਪਾਂ ਚੱਲੀਏ ਪੀਚ ਆ ਫੇਰ ਅੱਗੇ ਦੀਆਂ ਗੱਲਾਂ ਆਪਾਂ ਫੇਰ ਉੱਥੇ ਜਾ ਕੇ ਕਰਦੇ ਆਂ ਆਪਾਂ ਜਾਣਾ ਅੰਕਲ ਅੰਕਲ ਫੋਨ ਆਇਆ ਅੰਕਲ ਅੰਕਲ ਟੈਂਟ ਜਾਈਂ ਚੱਕ ਕੇ ਬਣਾ ਤਨੇ ਵਿੱਚ ਰੱਖ ਤਾ ਹਾਂਜੀ ਸੂਰਜ ਸਾਹਮਣੇ ਉੱਗ ਰਿਹਾ ਸਵੇਰ ਦੀ ਸਵੇਰ ਦਾ ਜਿਹੜਾ ਨਜ਼ਾਰਾ ਤੁਸੀਂ ਦੇਖ ਰਹੇ ਆ ਇਸ ਵਲੌਗ ਦੇ ਵਿੱਚ ਤੇ ਉਹ ਢਿੱਲੋਂ ਸਾਹਿਬ ਗੁੱਸੇ ਹੋ ਕੇ ਚਲੇ ਗਏ ਟਰਾਲੀ ਇੱਥੇ ਛੱਡ ਕੇ ਤੇ ਸੰਧੂ ਸਾਹਿਬ ਕਹਿਣਾ ਚਾਹੁੰਦੇ ਤੁਸੀਂ ਮਾਰਨਿੰਗ ਦੇ ਵਿੱਚ ਕੋਈ ਲੋਕਾਂ ਨੂੰ ਸੁਝਾਅ ਦੇਣਾ ਚਾਹੁੰਦੇ ਆ ਸੋਹਣੀ ਮਾਰਨਿੰਗ ਹੈ ਜੀ ਸੂਰਜ ਜਿਹੜਾ ਦਰਖਤਾਂ ਦੇ ਵਿੱਚੋਂ ਤਾਂ ਨਿਕਲਦਾ ਬਾਬੇ ਵੀ 5 6 ਸੀ ਪਰ ਸਮਝ ਨਹੀਂ ਲੱਗੀ ਵੀ ਕੀ ਬੋਲ ਗਏ ਵਿੱਚ ਵਿੱਚ ਆਹ ਟੈਂਟ ਹੈ ਜੀ ਜਿਹੜਾ ਰਾਤ ਅਸੀਂ ਸੁੱਤੇ ਤੇ ਆਹ ਪਾੜੀ ਕਿਕਰਾਂ ਦੀ ਛਤਰ ਛਾਇਆ ਦੇ ਵਿੱਚ ਇੱਧਰ ਵੀ ਪਾੜੀ ਕਿਕਰਾਂ ਕੰਡੇ-ਕੁੰਡੇ ਤੋਂ ਬਚ ਗਏ ਆ ਤੇ ਬਾਕੀ ਉਹ ਟੱਲੋ ਸਾਹਿਬ ਗੁੱਸੇ ਹੋ ਕੇ ਪਤਾ ਨਹੀਂ ਖੇਤਾਂ ਚ ਕਿੱਧਰ ਚੱਲੇ ਆ ਉਹ ਲੈ ਕੇ ਕਾਰ ਆਉ ਦੇਖੋ ਤੁਸੀਂ ਸਾਹਮਣੇ ਉਹ ਬਾੜ ਤੇ ਉਹ ਲੈ ਕੇ ਖੇਤ ਚ ਸ਼ਾਇਦ ਐਮਰਜੈਂਸੀ ਲੈਂਡਿੰਗ ਤੇ ਉਹ ਸਾਹਮਣੇ ਬਾਈ ਅੰਬਸਰੀਏ ਬੈਠੇ ਆ ਉਧਰ ਉਹ ਵੱਡਾ ਟੈਂਟਾ ਜਿਹੜਾ ਇਹ ਆਹ ਵਾਲਾ ਇਹ ਇਹ ਮੌਜੀ ਬੰਦਿਆਂ ਦਾ ਤੇ ਉਹ ਉੱਤੇ ਮੋਟਰਸਾਈਕਲ ਚੜਾ ਰੱਖਿਆ ਉਹਨਾਂ ਨੇ ਤੇ ਇੱਧਰ ਵੀ ਜਿਹੜੇ ਹੈਗੇ ਆ ਰਾਈਡਰ ਭਰਾ ਇਹਨਾਂ ਨੇ ਕੈਂਪਿੰਗ ਕੀਤੀ ਇੱਕ ਕੱਲਾ ਜਿਹਾ ਬਾਈ ਇੱਧਰ ਬੈਠਾ ਸੀ ਉਹ ਇਕੱਲੇ ਬਾਈ ਦੀ ਕੈਂਪਿੰਗ ਹੈ ਇੱਧਰ ਆ ਰਹੀ ਕੱਲ ਤਾਂ ਫਿਰ ਰਾਤ ਨੂੰ ਕੁਝ ਦਿਸਦਾ ਨਹੀਂ ਸੀ ਤੇ ਸਾਹਮਣੇ ਸਟੇਜ ਤੇ ਉਧਰ ਰੋਟੀ ਪਾਣੀ ਵਾਲਾ ਪ੍ਰੋਗਰਾਮ ਤੇ ਹੁਣ ਅਸੀਂ ਚੱਲੇ ਆ ਜੀ ਛਾਪੀਨ ਤੇ ਉਹ ਬਾਈ ਜੀ ਬੈਠੇ ਵਿੱਚ ਟੈਂਟ ਦੇ ਵਿੱਚ ਸਪੈਸ਼ਲ ਕੋਟ ਕਪੂਰੇ ਤੋਂ ਈਵੈਂਟ ਅਟੈਂਡ ਕਰਨ ਆਏ ਸੀ ਬਾਈ ਗੁੱਡ ਮਾਰਨਿੰਗ ਤੇ ਆਜੋ ਅਸੀਂ ਚਾਹ ਪੀਣ ਚੱਲੇ ਆ ਨਹੀਂ ਜਾਣਾ ਉਧਰ ਕੜਾਹਿਆਂ ਦੇ ਵਿੱਚ ਪਾਣੀ ਤੱਤਾ ਹੋ ਰਿਹਾ ਜੇ ਕਿਸੇ ਨੇ ਇਸ਼ਨਾਨ ਕਰਨਾ ਉਹ ਉਧਰ ਕਰ ਸਕਦਾ ਪੂਰਾ ਪ੍ਰਬੰਧ ਆ ਟਾਇਲਟ ਲਿਖਿਆ ਉਧਰ ਜਾਣਾ ਹੈਗਾ ਸਾਰਾ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਆ ਪੀ ਐਚ ਆਰ ਐਮ ਵੱਲੋਂ ਪੀ ਐਚ ਆਰ ਐਮ ਵੱਲੋਂ ਤੇ ਹੁਣ ਆਪਾਂ ਪੀਨੇ ਆ ਚਾਹ ਚਾਹ ਪੀ ਕੇ ਫਿਰ ਅਗਲੀ ਗੱਲ ਕਰਦੇ ਆ ਇੱਕ ਗੱਲ ਮਿੱਤਰੋ ਮੈਂ ਸਾਂਝੀ ਕਰਨੀ ਚਾਹਣਾ ਕਿ ਜੇ ਤੁਸੀਂ ਇਦਾਂ ਦੇ ਐਡਵੈਂਚਰ ਦੇ ਵਿੱਚ ਤੁਸੀਂ ਰਾਤ ਰੁਕਣਾ ਜਾਂ ਰਹਿਣਾ ਚਾਹੋ ਨਾ ਤਾਂ ਥੋੜਾ ਜਿਹਾ ਸਮਾਨ ਵਾਲੇ ਧਿਆਨ ਦੇਣਾ ਚਾਹੀਦਾ ਆਪਾਂ ਨੂੰ ਸਮਾਨ ਆਪਣੇ ਕੋਲੇ ਪੂਰਾ ਹੋਵੇ ਠੰਡ ਦੇ ਮੌਸਮ ਤਾਂ ਆਗੂ ਕਿਸੇ ਇੱਕ ਨੂੰ ਸਾਰਾ ਸਿਸਟਮ ਹੋਵੇ ਕੋਲੇ ਕਾਲੇ ਹੋਣ ਬਾਹਰ ਆਪਾਂ ਲਾ ਸਕਦੇ ਆ ਅੱਪ ਅੱਗ ਬਾਲ ਕੇ ਬੈਠ ਸਕਦੇ ਆ ਗੱਲਾਂ ਬਾਤਾਂ ਮਾਰ ਸਕਦੇ ਆ ਤੇ ਬਾਕੀ ਪਾਵਰ ਬੈਂਕ ਤੇ ਹੋਰ ਸਮਾਨ ਚੱਪੜਾ ਚੁੱਪੜਾ ਸਾਰਾ ਕੁਝ ਹੋਣਾ ਚਾਹੀਦਾ ਫੇਰ ਹੀ ਨਜ਼ਾਰਾ ਹੈ ਇਧਰੋਂ ਰੋਡ ਆਉਂਦੀ ਸੀਗੀ ਕੋਟ ਸ਼ਮੀਰ ਦੇ ਪਿੰਡ ਵਿੱਚ ਦੀ ਇਹ ਜਗ੍ਹਾ ਦੇ ਵਿੱਚ ਤੇ ਉਹ ਵੱਡਾ ਜਨਰੇਟਰ ਰੱਖਿਆ ਜਿਹੜਾ ਰਾਤ 2 ਵਜੇ ਤੱਕ ਚੱਲਦਾ ਰਿਹਾ 2 ਵਜੇ ਤੋਂ ਬਾਅਦ ਬੰਦ ਹੋਇਆ ਤੇ ਆ ਆ ਗਿਆ ਜੀ ਸਾਹਮਣੇ ਐਂਟਰੀ ਗੇਟ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਿਆ ਪੀ ਐਚ ਆਰ ਐਮ 2022 ਤੇ ਜਿਹੜੇ ਸਪਾਂਸਰਸ ਨੇ ਉਹਨਾਂ ਦੇ ਲੋਗੋ ਉਹਨਾਂ ਦੇ ਨਾਮ ਲਿਖੇ ਹੋਏ ਆ ਤੇ ਆਜੋ ਹੁਣ ਫਿਰ ਆਪਾਂ ਅੱਗੇ ਇਧਰੋਂ ਆਪਾਂ ਚਾਹ ਪੀ ਲਈ ਆ ਜੀ ਆ ਸਾਹਮਣੇ ਰਾਇਲ ਫੀਲਡ ਵਾਲਿਆਂ ਨੇ ਆਪਦੀ ਸਟਾਲ ਲਾਈ ਆ ਤੇ ਇਧਰ ਮੁਰਗਾ ਮਰਗਾ ਜੀ ਨੇ ਖਾਣਾ ਸੀ ਰਾਤ ਉਹਦਾ ਪ੍ਰਬੰਧ ਸੀਗਾ ਤੇ ਐਸ ਗਰਾਊਂਡ ਦੇ ਵਿੱਚ ਪੜਥੂ ਪਾਇਆ ਤੇ ਉਧਰ ਬਾਈ ਨਜ਼ਾਰਾ ਲਈ ਜਾਂਦੇ ਆ ਸਵੇਰ ਦਾ ਤੇ ਆ ਧੁੱਪ ਸਵੇਰ ਦੀ ਕਿਆ ਬਾਤ ਆਈ ਹੈ ਤੇ ਹੁਣ ਅਸੀਂ ਕੇਰਾ ਇੱਕ ਵਾਰ ਚੱਲਾਂਗੇ ਫਰੀਦਕੋਟ ਤੇ ਉੱਥੋਂ ਫਿਰ ਸ਼ਾਮ ਨੂੰ ਫਿਰ ਤਿਆਰੀ ਕਰਕੇ ਫਿਰ ਇੱਥੇ ਪਹੁੰਚਾਂਗੇ ਤੇ ਕੱਲ ਦੇ ਫੇਰ ਆਪਾਂ ਸੌਰੀ ਕੱਲ ਦੇ ਨਹੀਂ ਅੱਜ ਦੇ ਸ਼ਾਮ ਦੇ ਫੇਰ ਨਜ਼ਾਰੇ ਲਵਾਂਗੇ ਇੰਨਾ ਟਿੱਬਿਆਂ ਦੇ ਉੱਤੇ ਆਪਾਂ ਰਾਤ ਰੁਕੇ ਸੀਗੇ ਤੇ ਝਾੜੀਆਂ ਵਿੱਚ ਦੀ ਹੁੰਦੇ ਹੋਏ ਪਹਾੜੀ ਕਿਕਰਾਂ ਦਾ ਸਾਹਮਣਾ ਕਰਦੇ ਹੋਏ ਅਸੀਂ ਵਧ ਰਹੇ ਆਪਦੇ ਟਰਾਲੇ ਵਾਲ ਇੱਥੇ ਆਪਾਂ ਟਰਾਲਾ ਗੱਡੀ ਦੇ ਪਿੱਛੇ ਪਾ ਕੇ ਲਿਆਏ ਸੀਗੇ ਤੇ ਕੀ ਗਵਾਚ ਗਈ ਓਕੀ ਆ ਜਾਓ ਭਾਈ ਉੱਠ ਖੜੋ ਸੰਦੂ ਸਾਹਿਬ ਹੁਣ ਇਸ਼ਨਾਨ ਕਰਨ ਦੀ ਤਿਆਰੀ ਕਰ ਰਹੇ ਆ ਤੇ ਮੌਕੇ ਦੇ ਹਾਲਾਤ ਆ ਜਿਹੜੇ ਉਹ ਤੁਹਾਨੂੰ ਵਿਖਾ ਦਿੰਨੇ ਆ ਆ ਪਾਣੀ ਆਪਣਾ ਦੇਸੀ ਗੀਜਰ ਦੇਸੀ ਗੀਜਰ ਦੇ ਵਿੱਚ ਪਾਣੀ ਤੱਤਾ ਹੋ ਚੁੱਕਿਆ ਤੇ ਸੰਧੂ ਸਾਹਿਬ ਆਜੋ ਵੀਡੀਓ ਬਣਾਉਣਾ ਵਿੱਚ ਬੈਠੋ ਇਹਦੇ ਬਾਈ ਹੁਣ ਵੀ ਸਹੀ ਆ ਕੰਮ ਹੈ ਇਹ ਤੂੰ ਗਾਹ ਕਰ ਤੇ ਤੱਤਾ ਪਾਣੀ ਬਿਲਕੁਲ ਤਿਆਰ ਹੈ ਤੇ ਆ ਬਾਥਰੂਮ ਦਾ ਇਹਦੇ ਵਿੱਚ ਵੜ ਕੇ ਤੁਸੀਂ ਨਹਾ ਸਕਦੇ ਆ ਤੇ ਦਰਵਾਜ਼ਾ ਖੋਲ ਲੋ ਕਿੱਧਰ ਆ ਇਹਦਾ ਪਤਾ ਕੁਛ ਹਾਂ ਕਿਹੜੇ ਪਾਸੇ ਦਰਵਾਜ਼ਾ ਦਰਵਾਜ਼ਾ ਕਿੱਧਰ ਹੈ ਉਹ ਇਹ ਤਾਂ ਦਰਵਾਜਾ ਹੈ ਹੀ ਨਹੀਂ ਜੰਗਲ ਚ ਮੰਗਲ ਇਹਨੂੰ ਕਹਿੰਦੇ ਆ ਜੰਗਲ ਚ ਮੰਗਲ ਲੱਗਿਆ ਹੋਇਆ ਕਿਹ ਆ ਨਜ਼ਾਰਾ ਤੇ ਹੁਣ ਆਪਾਂ ਜੀ ਨਹਾ ਕੇ ਫਿਰ ਅਗਲਾ ਪ੍ਰੋਗਰਾਮ ਫਿਰ ਕਰਦੇ ਆ ਫਿਰ ਤੁਹਾਨੂੰ ਨਵੇਂ ਵਲੌਗ ਦੇ ਵਿੱਚ ਲੈ ਕੇ ਆਉਣੇ ਆ ਨਵੇਂ ਵਲੌਗ ਦੇ ਵਿੱਚ ਤੁਹਾਨੂੰ ਸ਼ਾਮਲ ਕਰਾਂਗੇ ਵਲੌਗ ਸਾਡਾ ਕਿਵੇਂ ਲੱਗਿਆ ਤੁਹਾਨੂੰ ਜਰੂਰ ਦੱਸਿਓ ਜੇ ਸ਼ੇਅਰ ਕਾਈਂਡਲੀ ਕਰਦੇ ਹੋ ਜੇ ਥੈਂਕ ਯੂ ਮਿਲਦੇ ਹਾਂ ਬ੍ਰੇਕ ਤੋਂ ਬਾਅਦ